subscribe our channel for latest updates. ਪੰਜਾਬ ਵਿੱਚ ਦਿਨੋ ਦਿਨ ਲੱਚਰਤਾ ਗਾਇਕੀ ਦੇ ਕਾਰਨ ਨੌਜਵਾਨ ਪੀੜ੍ਹੀ ਜਿੱਥੇ ਹਥਿਆਰਾਂ ਅਤੇ ਨਸ਼ਿਆਂ ਵੱਲ ਤੁਰ ਰਹੀ ਹੈ ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਲੱਚਰ ਗਾਇਕੀ 'ਤੇ ਠੱਲ ਪਾਉਣ ਲਈ ਪੰਜਾਬ ਦੇ DGP ਨੂੰ ਹਿਦਾਇਤਾਂ ਦਿੱਤੀਆਂ ਨੇ ਜਿੰਨੇ ਵੀ ਪੰਜਾਬ ਦੇ ਸਿੰਗਰ ਨੇ ਉਹ ਲੱਚਰ ਗਾਇਕੀ ਵਾਲੇ ਗੀਤ ਨਾ ਗਾਉਣ ਜਿਸ ਦੇ ਤਹਿਤ ਨਾਭਾ ਦੇ SHO ਅਤੇ ਉੱਘੇ ਗਾਇਕ ਹਰਜੀਤ ਹਰਮਨ ਅਤੇ ਹੋਰ ਗੀਤਕਾਰਾਂ ਨੇ ਪੰਜਾਬ ਪੁਲਿਸ ਨਾਲ ਮੀਟਿੰਗ ਕੀਤੀ ਅਤੇ ਗਾਇਕ ਹਰਜੀਤ ਹਰਮਨ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਉਹਨਾਂ ਨੇ ਪੰਜਾਬ ਦੇ ਗੀਤਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਫ਼ ਸੁਥਰੀ ਗਾਇਕੀ ਦਾ ਇਸਤੇਮਾਲ ਕਰਨ ਹਰਜੀਤ ਹਰਮਨ ਨੇ ਕਿਹਾ ਕਿ ਸੈਂਸਰ ਬੋਰਡ ਨੂੰ ਵੀ ਲੱਚਰ ਗਾਇਕੀ ਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਇਸ ਮੌਕੇ ਤੇ ਨਾਮਵਰ ਗੀਤਕਾਰ ਜਸਵੀਰ ਸਿੰਘ ਜੱਸੀ ਨੇ ਕਿਹਾ ਕਿ ਜੋ ਗੀਤਕਾਰ ਹਥਿਆਰਾਂ ਤੇ ਨਸ਼ਿਆਂ ਤੇ ਗੀਤ ਬਣਾਉਂਦੇ ਨੇ ਉਹ ਇਸ ਤੋਂ ਪਰਹੇਜ਼ ਕਰਨ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਾਫ਼ ਸੁਥਰੇ ਗੀਤ ਲਿਖ ਪੰਜਾਬ ਪੁਲਿਸ ਨੂੰ ਮੈਂ ਇਸ ਗੱਲ ਦੀ ਵਧਾਈ ਦਿੰਦਾ ਕਿ ਜਿਹੜਾ ਕਦਮ ਬਹੁਤ ਚਿਰ ਪਹਿਲਾਂ ਚੁੱਕਣਾ ਚਾਹੀਦਾ ਸੀ ਉਹ ਹੁਣ ਚੁੱਕ ਰਹੇ ਨੇ ਚਲੋ ਦੇਰ ਆਇਆ ਦਰੁਸਤ ਆਇਆ ਪੰਜਾਬ ਰਿਸ਼ੀਆਂ ਮੁਨੀਆਂ ਦੀ ਧਰਤੀ ਸਾਡੀ ਗੁਰਬਾਣੀ 'ਚ ਸਾਨੂੰ ਕਿਤੇ ਇਹੋ ਜਿਹੇ ਸੰਸਕਾਰ ਨਹੀਂ ਮਿਲੇ ਅਸੀਂ ਵੀ ਛੋਟੇ ਹੁੰਦੇ ਖੇਡੇ ਹਾਂ ਬਚਪਨ ਸਾਡਾ ਲੰਘਿਆ ਪਰ ਜੋ ਦੌਰ ਹੁਣ ਗਾਇਕੀ ਦਾ ਚੱਲਦਾ ਐਡਾ ਮਹਾਨ ਸੱਭਿਆਚਾਰ ਸਾਡਾ ਵਿਰਸਾ ਬਹੁਤ ਅਮੀਰ ਆ ਤਾਂ ਉਹਦੇ ਵਿੱਚ ਸਾਨੂੰ ਵੀ ਲੱਗਦਾ ਸੀ ਕਿਤੇ ਨਾ ਕਿਤੇ ਵੀ ਇਹਦੇ ਉੱਤੇ ਨੱਥ ਪਾਉਣੀ ਚਾਹੀਦੀ ਆ ਗਨ ਕਲਚਰ ਹੋ ਗਿਆ ਕਿ ਲੱਚਰਤਾ ਹੋ ਗਈ ਸੋ ਅੱਜ ਮੈਨੂੰ ਜਦੋਂ SHO ਸਾਹਿਬ ਬਿਕਰ ਸਿੰਘ ਸੋਹੀ ਸਾਹਿਬ ਉਹਨਾਂ ਨੇ ਸਾਡੇ ਸੱਦ ਥਾਣੇ 'ਚੋਂ ਮੈਨੂੰ ਬੁਲਾਇਆ ਤਾਂ ਮੈਂ ਕਿਹਾ ਕਿ ਮੈਂ ਤੁਹਾਡੇ ਇਸ ਗੱਲ ਦੇ ਵਿੱਚ ਹਰ ਸਹਿਯੋਗ ਲਈ ਤਿਆਰ ਹਾਂ ਸੋ ਮੈਂ ਇਹਨਾਂ ਨੇ ਅੱਜ ਪਹਿਲਾ ਪੜਾਅ ਹੈ ਕਿ ਮੈਂ ਜਿੱਥੇ ਵੀ ਕਹਿਣਗੇ ਇਹਨਾਂ ਦੇ ਨਾਲ ਹੋਊਂਗਾ ਮੈਂ ਤਾਂ ਕੋਸ਼ਿਸ਼ ਕਰਦਾ ਰਹਿੰਦਾ ਕਿ ਇਹੋ ਜਿਹੇ ਗੀਤ ਗਾਏ ਜਾਣ ਜਿਹੜੇ ਕਿ ਸਮਾਜ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਬੈਠ ਕੇ ਸੁਣੇ ਜਾਣ ਅਤੇ ਦੇਖੇ ਜਾਣ ਕੁੱਲ ਮੈਂ ਅਕਸਰ ਜਦੋਂ ਵੀ ਸਟੇਜ ਤੋਂ ਬੋਲਦਾ ਤਾਂ ਮੈਂ ਕਹਿੰਦਾ ਕਿ TV ਜਿਹੜਾ ਇੱਕ ਮਨੋਰੰਜਨ ਦਾ ਸਾਧਨ ਹੁੰਦਾ ਨਾ ਕਿ ਤੁਹਾਡੀ ਜ਼ਿੰਦਗੀ ਹੁੰਦੀ ਅਸੀਂ ਜਦੋਂ ਗਾਣਾ ਸ਼ੂਟ ਕਰਦੇ ਹਾਂ ਹਾਲਾਂਕਿ ਅਸੀਂ ਵੀ ਆਮ ਸਧਾਰਨ ਪਰਿਵਾਰਾਂ ਨੂੰ ਸੰਬੰਧ ਰੱਖਦੇ ਹਾਂ ਉਹਦੇ ਵਿੱਚ ਲੋੜ ਮੁਤਾਬਕ ਗਾਣੇ ਦੀ ਅਸੀਂ ਫੋਰਨ ਵੀ ਚਲੇ ਜਾਂਦੇ ਹਾਂ ਜਹਾਜ਼ ਵੀ ਲੈ ਲਓ ਗੱਡੀਆਂ ਵੀ ਲੈ ਲਓ ਪਰ ਉਹ ਸਾਡੀਆਂ ਨਿੱਜੀ ਨਹੀਂ ਹੁੰਦੀਆਂ ਅਸੀਂ ਉਹਨਾਂ ਤੋਂ ਬਾਅਦ ਆਮ ਇਨਸਾਨ ਹੁੰਦੇ ਹਾਂ ਅਤੇ ਇਹਨੂੰ ਇੰਜੋਏ ਕਰੋ ਚੰਗੇ ਗੀਤ ਦੇਖਣ ਦੀ ਸਾਡੇ ਮੈਂ ਬੱਚਿਆਂ ਨੂੰ ਵੀ ਅਤੇ ਬੱਚਿਆਂ ਦੇ ਪੇਰੈਂਟਸ ਨੂੰ ਵੀ ਇਹ ਅਪੀਲ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਚੰਗੇ ਪ੍ਰੋਗਰਾਮ ਦਿਖਾਓ ਚੰਗੇ ਗਾਣੇ ਦੇਖਣ ਦਾ ਸੁਣਨ ਦਾ ਆਦਤ ਪਾਓ ਤੁਸੀਂ ਵੀ ਜਿੱਥੇ ਪੰਜਾਬ ਪੁਲਿਸ ਆਪਣਾ ਰੋਲ ਅਦਾ ਕਰ ਰਹੀ ਹੈ ਅਤੇ ਸਾਡੇ ਬੱਚਿਆਂ ਦੇ ਪੇਰੈਂਟਸ ਦਾ ਵੀ ਉੱਥੇ ਸਾਡੇ ਸਮਾਜ ਦਾ ਵੀ ਇਹ ਫਰਜ਼ ਬਣਦਾ ਕਿ ਉਹਦੇ ਵਿੱਚ ਯੋਗਦਾਨ ਪਾਈਏ ਤਾਂ ਕਿ ਆਉਣ ਵਾਲਾ ਜਿਹੜਾ ਅਸੀਂ ਚੰਗਾ ਸਮਾਜ ਸਿਰਜ ਸਕੀਏ ਬਿਲਕੁਲ ਜੀ ਮੈਨੂੰ ਲੱਗਦਾ ਕਿ ਹੁਣ ਜਦੋਂ ਇੱਥੋਂ ਕਦਮ ਚੱਲ ਪਿਆ ਥੱਲੋਂ ਥੱਲੜੇ ਲੈਵਲ ਤੋਂ ਤਾਂ ਬਿਲਕੁਲ ਸਰਕਾਰ ਚੰਗੇ ਲੋਕਾਂ ਨੂੰ ਲੈ ਕੇ ਮੈਂ ਕਹੂੰਗਾ ਕਿ ਸੈਂਸਰ ਬੋਰਡ ਬਣਾਇਆ ਜਾਵੇ ਕਿ ਮੈਂ ਉਦਾਹਰਣ ਦੇਊਂਗਾ ਜਲੰਧਰ ਦੂਰਦਰਸ਼ਨ ਦੀ ਅਤੇ ਉਹ ਵੀ ਇੱਕ ਸਾਡੇ ਸਾਹਮਣੇ ਉਦਾਹਰਣ ਹੈ ਕਿ ਉੱਥੇ ਇਹੋ ਜਿਹਾ ਗਾਣਾ ਨਹੀਂ ਚੱਲਦਾ ਜਿਹੜਾ ਕਿ ਉਹਨਾਂ ਨੂੰ ਲੱਗਦਾ ਕਿ ਠੀਕ ਨਹੀਂ ਜਿਹਦੇ ਵਿੱਚ ਕੋਈ ਨਸ਼ਾ ਪ੍ਰਮੋਟ ਕੀਤਾ ਜਾਂਦਾ ਕੋਈ ਹਥਿਆਰ ਪ੍ਰਮੋਟ ਕੀਤਾ ਜਾਂਦਾ ਕੋਈ ਅਸ਼ਲੀਲਤਾ ਪ੍ਰਮੋਟ ਕੀਤੀ ਜਾਂਦੀ ਹੈ ਉਹ ਜਦੋਂ ਜਵਾਬ ਦੇ ਸਕਦੇ ਨੇ ਜਿਹੜੇ ਸਾਡੇ ਨਿੱਜੀ ਚੈਨਲ ਨੇ ਅਤੇ ਇਹ ਕਿਉਂ ਨਹੀਂ ਦੇ ਸਕਦੇ ਇਸ ਦੇ ਲਈ ਮੈਂ ਕਹੂੰ ਬੇਨਤੀ ਵੀ ਕਰੂੰਗਾ ਪੰਜਾਬ ਸਰਕਾਰ ਨੂੰ ਕਿ ਇਸ ਸੰਬੰਧੀ ਸੈਂਸਰ ਬੋਰਡ ਅਤੇ ਇਹਦੇ ਉੱਤੇ ਗੌਰ ਕੀਤੀ ਜਾਵੇ ਬਣਾਇਆ ਜਾਵੇ ਨਹੀਂ ਚੰਗੇ ਗੀਤ ਜਿਹੜੇ ਨੇ ਸੱਭਿਆਚਾਰਕ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਉਹ ਗੀਤ ਲਿਖਣੇ ਚਾਹੀਦੇ ਸਾਡੇ ਭਰਾਵਾਂ ਨੂੰ ਅਤੇ ਗਾਉਣ ਵਾਲੇ ਵੀਰਾਂ ਨੂੰ ਵੀ ਇਹੀ ਬੇਨਤੀ ਆ ਕਿਉਂਕਿ ਜਿਹੜੇ ਆਪਾਂ ਇੱਦਾਂ ਦੇ ਅਸਲੇ 'ਤੇ ਜਾਂ ਕਿਸੇ ਵੀ ਤਰ੍ਹਾਂ ਦੇ ਗੀਤ ਲਿਖਦੇ ਹਾਂ ਭੜਕਾਊ ਗੀਤ ਉਹਦੇ ਨਾਲ ਜਿਹੜਾ ਸਾਡੇ ਆਉਣ ਵਾਲੀ ਪੀੜ੍ਹੀ ਆ ਉਹ 'ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਇਹ ਇੱਕ ਚੰਗਾ ਫੈਸਲਾ ਜਿਹੜਾ ਅਤੇ ਸਾਨੂੰ ਵੀ ਇਹੀ ਚਾਹੀਦਾ ਵੀ ਇੱਕ ਵਧੀਆ ਗੀਤ ਗਾਈ ਲਿਖੀਏ ਅਤੇ ਵਧੀਆ ਗੀਤ ਗਾਈਏ ਜਿਹਦੇ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਕੋਈ ਸੇਧ ਮਿਲੇ ਅਤੇ ਜਿਹੜਾ ਅੱਜ ਬੜਾ ਭਿਆਨਕ ਸਮਾਂ ਚੱਲ ਰਿਹਾ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਚੰਗੇ ਗੀਤ ਸੁਣੋ ਅਤੇ ਚੰਗੇ ਲਿਖੋ ਅਤੇ ਚੰਗਾ ਗਾਓ ਸਾਡੇ ਕੋਲ ਮਾਣਯੋਗ ਸਾਡੇ DGP ਸਾਹਿਬ ਵੱਲੋਂ ਅਤੇ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਇਹ ਆਇਆ ਕਿ ਜਿਹੜੇ ਵੀ ਨੌਜਵਾਨ ਪੀੜ੍ਹੀ ਨੂੰ ਇੱਕ ਲੱਚਰ ਗਾਇਕੀ ਅਤੇ ਗਨ ਕਲਚਰ ਗਾਇਕੀ ਦੇ ਦਾ ਪ੍ਰਫੁੱਲਿਤ ਕਰ ਰਹੇ ਨੇ ਅਤੇ ਨੌਜਵਾਨ ਪੀੜ੍ਹੀ ਦੇ ਲਈ ਇੱਕ ਗਲਤ ਰੋਲ ਮਾਡਲ ਪੇਸ਼ ਕਰ ਰਹੇ ਨੇ ਇਸ ਦੇ ਸੰਬੰਧ ਦੇ ਵਿੱਚ ਸਾਰੇ ਗਾਇਕਾਂ ਨਾਲ ਜਿਹੜੇ ਏਰੀਏ ਦੇ ਨਾਲ ਸੰਬੰਧਿਤ ਨੇ ਅਤੇ DJ ਗਰੁੱਪ ਵਾਲੇ ਨੇ ਜਿਹੜੇ ਮੁੰਡੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਤਾਂ ਕਿ ਇਹੋ ਜਿਹੇ ਜਿਹੜਾ ਗਨ ਕਲਚਰ ਜਾਂ ਗਲਤ ਰੋਲ ਮਾਡਲ ਬੱਚਿਆਂ ਲਈ ਪੇਸ਼ ਕਰ ਰਹੇ ਨੇ ਇਹਨਾਂ ਨੂੰ ਠੱਲ ਪਾਈ ਜਾ ਸਕੇ ਉਸ ਦੇ ਸੰਬੰਧੀ ਸਾਨੂੰ ਹਦਾਇਤ ਆਈ ਹੈ ਅੱਜ ਮੈਂ DJ ਅਤੇ ਹੋਰ ਜਿਹੜੇ ਸਾਡੇ ਇਸ ਏਰੀਏ ਨਾਭੇ ਏਰੀਏ ਦਾ ਇੱਕ ਨਾਮਵਰ ਗਾਇਕ ਹਰਜੀਤ ਹਰਮਨ ਜਿਹੜਾ ਕਿ ਪੰਜਾਬੀ ਸੱਭਿਆਚਾਰ ਦੇ ਬਾਰੇ ਵਧੀਆ ਵਿਲੱਖਣ ਸ਼ਖਸੀਅਤ ਰੱਖਦਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਬੜਾ ਯੋਗਦਾਨ ਪਾ ਰਿਹਾ ਮੈਂ ਇਹਨਾਂ ਦਾ ਸਹਿਯੋਗ ਲੈ ਕੇ ਇਹਨਾਂ ਦੇ ਜ਼ਰੀਏ
अपने नाभे जिहड़ी मेरी हदूद सदर थाने दी आउंदी आ, मैं उहदे विच कोशिश कर रहा कि तां कि इक असीं वधिया आउण वाली नौजवान पीढ़ी नूं इक चंगा रोल मॉडल दे सकीए ते चंगे गाने दे सकीए ते जिहड़े माड़े गाने ने उहनां नूं ठल पा सकीए। मैं हरजीत हरमन होरां दा सहयोग लै रहा ते अज मेरे विच आए भी ने ते मैं आस करदा कि रल मिल के असीं इक चंगा समाज सिर सकीए। नाभा तों भुपिंदर सिंह दी रिपोर्ट, चैनल पंजाब न्यूज़।